ਫੇਸ ਉੱਪਰ ਗਲੋ ਲਿਆਉਣ ਲਈ 8 ਘਰੇਲੂ ਨੁਸਖੇ। ਨੰਬਰ 1, ਸਵੇਰੇ ਉੱਠ ਕੇ ਨਿੰਬੂ ਪਾਣੀ ਪੀਓ। ਇਹ ਸਾਡੇ ਲਈ ਬਹੁਤ ਲਾਭਦਾਇਕ ਹੁੰਦਾ ਹੈ। ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਸਾਡੀ ਸਕਿਨ ਨੂੰ ਗਲੋ ਕਰਨ ਵਿੱਚ ਬਹੁਤ ਮਦਦ ਕਰਦਾ ਹੈ। ਪਾਣੀ ਪੀਣ ਨਾਲ ਸਾਡੇ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥ ਨਿਕਲਦੇ ਹਨ। ਨੰਬਰ 2, ਪਾਣੀ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੈ। ਇਸ ਨੂੰ ਵੱਧ ਤੋਂ ਵੱਧ ਪੀਣ ਨਾਲ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਨਿਕਲਦੇ ਹਨ ਅਤੇ ਸਾਡੀ ਬੋਡੀ ਡੀਟੌਕਸ ਹੁੰਦੀ ਹੈ, ਜਿਸ ਕਾਰਨ ਸਾਡੇ ਫੇਸ ਤੇ ਗਲੋ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਇੱਕ ਦਿਨ ਵਿੱਚ 10 ਤੋਂ 12 ਗਲਾਸ ਪਾਣੀ ਪੀਣਾ ਚਾਹੀਦਾ ਹੈ। ਨੰਬਰ 3, ਫੇਸ ਵਾਸ਼ ਸਾਡੇ ਫੇਸ ਤੋਂ ਗੰਦਗੀ ਅਤੇ ਤਿਲ ਹਟਾਉਣ ਵਿੱਚ ਮਦਦ ਕਰਦਾ ਹੈ। ਦਿਨ ਵਿੱਚ 2 ਵਾਰ ਫੇਸ ਵਾਸ਼ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 4, ਮੋਇਸਚਰਾਈਜ਼ਰ ਅਤੇ ਸਨ ਕਰੀਮ ਦੋਨੋਂ ਸਕਿਨ ਕੇਅਰ ਰੂਟੀਨ ਵਿੱਚ ਬਹੁਤ ਜ਼ਰੂਰੀ ਹਨ। ਬੈਸਟ ਕੁਆਲਿਟੀ ਦੇ ਹੋਣ ਤਾਂ ਸਭ ਤੋਂ ਬੈਸਟ ਹਨ। ਘਰ ਤੋਂ ਬਾਹਰ ਜਾਣ ਤੋਂ 15 ਮਿੰਟ ਪਹਿਲਾਂ ਇਸ ਨੂੰ ਜ਼ਰੂਰ ਅਪਲਾਈ ਕਰੋ। ਨੰਬਰ 5, ਮੁਲਤਾਨੀ ਮਿੱਟੀ ਫੇਸ ਪੈਕ ਸਕਿਨ ਕੇਅਰ ਰੂਟੀਨ ਵਿੱਚ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਸ ਨਾਲ ਸਾਡੇ ਫੇਸ 'ਤੇ ਗਲੋ ਆ ਜਾਂਦੀ ਹੈ। 2 ਚਮਚ ਟਮਾਟਰ ਦਾ ਰਸ, 1 ਚਮਚ ਮੁਲਤਾਨੀ ਮਿੱਟੀ, 1/2 ਚਮਚ ਦਹੀਂ, ਇਹਨਾਂ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫੇਸ 'ਤੇ ਅਪਲਾਈ ਕਰੋ। 15 ਮਿੰਟ ਬਾਅਦ ਠੰਡੇ ਪਾਣੀ ਨਾਲ ਮੂੰਹ ਧੋ ਲਵੋ। ਇਸ ਨਾਲ ਸਾਡੇ ਫੇਸ 'ਤੇ ਚਮਕ ਆ ਜਾਵੇਗੀ। ਇਹ ਫੇਸ ਪੈਕ ਹਫ਼ਤੇ ਵਿੱਚ 2 ਵਾਰ ਅਪਲਾਈ ਜ਼ਰੂਰ ਕਰੋ। ਨੰਬਰ 6, ਸੌਣ ਤੋਂ ਪਹਿਲਾਂ ਫੇਸ 'ਤੇ ਐਲੋਵੇਰਾ ਜੈੱਲ ਅਤੇ ਨਾਰੀਅਲ ਦਾ ਤੇਲ ਜ਼ਰੂਰ ਲਗਾਓ। ਇਹ ਪਿੰਪਲ ਅਤੇ ਪਿੰਪਲ ਦੇ ਦਾਗ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 7, ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਨੰਬਰ 8, ਨਾਰੀਅਲ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਨਾਰੀਅਲ ਦੇ ਪਾਣੀ ਵਿੱਚ ਕਈ ਇਹੋ ਜਿਹੇ ਤੱਤ ਹਨ ਜੋ ਸਾਡੇ ਫੇਸ ਦੇ ਦਾਗ ਦੂਰ ਕਰਦੇ ਹਨ। ਨੰਬਰ 9, ਸਾਨੂੰ ਹਰ ਰੋਜ਼ ਗਾਜਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਗਾਜਰ ਵਿੱਚ ਵਿਟਾਮਿਨ ਏ ਅਤੇ ਸੀ ਹੁੰਦਾ ਹੈ ਜੋ ਫੇਸ 'ਤੇ ਗਲੋ ਲਿਆਉਣ ਵਿੱਚ ਅਤੇ ਸਾਡੇ ਖੂਨ ਨੂੰ ਸਾਫ਼ ਕਰਨ ਅਤੇ ਨਾਲ ਹੀ ਖੂਨ ਨੂੰ ਵਧਾਉਣ ਦੇ ਕੰਮ ਵਿੱਚ ਸਹਾਇਕ ਹੁੰਦਾ ਹੈ। ਡਾਕਟਰਾਂ ਨੇ ਦੱਸੇ ਧੁੰਨੀ ਵਿੱਚ ਤੇਲ ਲਗਾਉਣ ਦੇ ਫਾਇਦੇ। ਨੰਬਰ 1, ਧੁੰਨੀ ਵਿੱਚ ਤੇਲ ਲਗਾਉਣ ਨਾਲ ਫਟੇ ਹੋਏ ਬੁੱਲ ਨਰਮ ਅਤੇ ਗੁਲਾਬੀ ਹੋ ਜਾਂਦੇ ਹਨ। ਨੰਬਰ 2, ਧੁੰਨੀ ਵਿੱਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਚਿਹਰੇ ਤੋਂ ਦਾਗ ਧੱਬੇ ਠੀਕ ਹੋ ਜਾਂਦੇ ਹਨ। ਨੰਬਰ 3, ਅੱਖਾਂ ਦੀ ਜਲਨ ਅਤੇ ਖਾਰਿਸ਼ ਵੀ ਠੀਕ ਹੋ ਜਾਂਦੀ ਹੈ। ਨੰਬਰ 4, ਸਰ੍ਹੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਗੋਡਿਆਂ ਦਾ ਦਰਦ ਘੱਟ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਧੁੰਨੀ ਵਿੱਚ ਕਿਸੇ ਵੀ ਪ੍ਰਕਾਰ ਦਾ ਤੇਲ ਪਾਉਣ ਨਾਲ ਸਾਡੇ ਫੇਸ 'ਤੇ ਗਲੋ ਆਉਂਦਾ ਹੈ ਅਤੇ ਸਾਡੇ ਸਰੀਰ ਦੀ ਜਿਹੜੀ ਖੁਸ਼ਕੀ ਆ ਉਹ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਰ੍ਹੋਂ ਦਾ ਤੇਲ ਲਗਾਉਣ ਨਾਲ ਸਾਡਾ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਬਦਾਮ ਦਾ ਤੇਲ ਲਗਾਉਣ ਨਾਲ ਸਾਡੀ ਤਵਚਾ ਨਿਖਰਦੀ ਹੈ ਅਤੇ ਨਾਲ ਹੀ ਪੇਟ ਸੰਬੰਧਿਤ ਬਿਮਾਰੀਆਂ ਬਹੁਤ ਹੀ ਘੱਟ ਲੱਗਦੀਆਂ ਹਨ। ਜੇਕਰ ਤੁਹਾਨੂੰ ਮੁਹਾਸਿਆਂ ਦੀ ਪ੍ਰੋਬਲਮ ਹੈ ਤਾਂ ਨਿੰਮ ਦਾ ਤੇਲ ਧੁੰਨੀ ਵਿੱਚ ਲਗਾਉਣਾ ਚਾਹੀਦਾ ਹੈ। ਇਸ ਨਾਲ ਸਾਡੇ ਸਰੀਰ ਦੇ ਵਿੱਚ ਕੜੱਤਣ ਵੱਧ ਜਾਵੇਗੀ ਅਤੇ ਤੁਹਾਡੇ ਪਿੰਪਲ ਨਹੀਂ ਹੋਣਗੇ। ਧੁੰਨੀ ਪ੍ਰਜਨਨ ਤੰਤਰ ਨਾਲ ਜੁੜੀ ਹੁੰਦੀ ਹੈ, ਇਸ ਲਈ ਧੁੰਨੀ ਵਿੱਚ ਤੇਲ ਲਗਾਉਣ ਨਾਲ ਪ੍ਰਜਨਨ ਕਿਰਿਆ ਦਾ ਵਿਕਾਸ ਹੁੰਦਾ ਹੈ ਅਤੇ ਔਰਤਾਂ ਦੇ ਹਾਰਮੋਨ ਬੈਲੈਂਸ ਰਹਿੰਦੇ ਹਨ। ਜੇਕਰ ਤੁਹਾਨੂੰ ਪੀਰੀਅਡ ਦੇ ਦਿਨਾਂ ਵਿੱਚ
ਬਹੁਤ ਜ਼ਿਆਦਾ ਦਰਦ ਹੁੰਦਾ ਹੈ ਤਾਂ ਰੂੰ ਨਾਲ ਬਰਾਂਡੀ ਧੁੰਨੀ ਵਿੱਚ ਲਗਾਓ, ਇਸ ਨਾਲ ਦਰਦ ਘੱਟ ਜਾਂਦਾ ਹੈ। ਅਤੇ ਨਾਲ ਹੀ ਸਰੋਂ ਦੇ ਤੇਲ ਨਾਲ ਆਪਣੀਆਂ ਕਲਾਈਆਂ ਉੱਪਰ ਮਾਲਿਸ਼ ਕਰੋ, ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ। ਖੀਰਾ ਖਾਣ ਦੇ ਫਾਇਦੇ। ਖੀਰੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ 80% ਪਾਣੀ ਹੈ। ਖੀਰਾ ਪਿਆਸ ਬੁਝਾਉਂਦਾ ਹੈ ਅਤੇ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉਹ ਖੀਰਾ ਆਪਣੀ ਡਾਇਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨ।